हाँ जी दोस्तों, वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। आज रेडियो स्टेशन 90.8 गुरु नानक देव इंजीनियरिंग कॉलेज कम्युनिटी रेडियो जिहड़ा स्टूडियो दे विच वीर होणे साडे नाल वीर गुरप्रीत सिंह जी पहुंचे ने जी, जो कि मनुखता की सेवा सोसायटी जिथों तुसीं देख ही रहे हो सारे वीडियो, इत्थों आए ने साडे कोल पहुंचे ने जी। सवाल जवाब इत्थे साडे असीं चल रहे सी सारे, ਜਿਵੇਂ ਤੁਸੀਂ ਸੇਵਾਵਾਂ ਸਾਰੀਆਂ ਪੇਜ ਦੇ ਉੱਪਰ ਵੀ ਦੇਖਦੇ ਹੋ ਕਿੱਦਾਂ ਸਾਰੀਆਂ ਸੇਵਾਵਾਂ ਚੱਲ ਰਹੀਆਂ ਨੇ, ਤੇ ਆਪਾਂ ਲਾਈਵ ਹੁਣ ਤੁਹਾਡੇ ਨਾਲ ਹੋਏ ਹਾਂ, ਇੱਥੋਂ ਸਟੂਡੀਓ ਦੇ ਵਿੱਚ ਹੀ ਬੈਠੇ ਹਾਂ ਜੀ ਐਨ ਈ ਕਾਲਜ ਦੇ ਵਿੱਚ। ਵੀਰ ਹੁਣੇ ਆਪਣੇ ਬਾਰੇ ਕੁਛ ਸ਼ਬਦ ਜਿਹੜੇ ਦੱਸਣਗੇ ਕਿ ਉਹ ਕਿਸ ਤਰ੍ਹਾਂ ਦੀ ਸੰਸਥਾ ਕਿੱਦਾਂ ਕੰਮ ਕਰਦੇ ਨੇ ਜੀ। ਪਹਿਲਾਂ ਤਾਂ ਮੈਂ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਸਾਡੇ ਪੇਜ ਤੇ ਜੁੜੇ ਹੋਏ ਉਹਨਾਂ ਨੂੰ ਦੱਸਣਾ ਚਾਹੁੰਦਾ, ਮੈਂ ਧੰਨਵਾਦ ਕਰਨਾ ਚਾਹੁੰਦਾ। ਜਸਵਿੰਦਰ ਜੀ ਹੈ ਜੀ, ਇਹ ਵੀ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਆ, ਵਧੀਆ ਸੇਵੀ ਕਰਦੇ ਇੱਦਾਂ ਦੇ ਸੋਸ਼ਲ ਕੌਜ਼। ਤੇ ਇਸ ਜਿੱਥੇ ਅਸੀਂ ਬੈਠੇ ਹਾਂ ਜੀ ਐਨ ਈ ਕਾਲਜ ਲੁਧਿਆਣਾ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਸਾਡੇ, ਜਿਹੜਾ ਕਿ ਤੁਹਾਨੂੰ ਸਾਰੇ ਮੈਨੂੰ ਲੱਗਦਾ ਪੰਜਾਬ ਨੂੰ ਦੱਸਣ ਦੀ ਲੋੜ ਨਹੀਂ ਵੀ ਕੀ ਚੀਜ਼ ਹੈ, ਤੇ ਉਹ ਸਾਡੇ ਸ਼ਹਿਰ ਦਾ ਇੱਕ ਮੇਨ ਅੰਗ ਹੈ ਜੀ। ਉੱਥੇ ਬੈਠੇ ਹਾਂ, ਬੜਾ ਮਾਣ ਅੱਜ ਮਹਿਸੂਸ ਹੋਇਆ ਵੀ ਸਾਡੇ ਸ਼ਹਿਰ ਦੇ ਮੇਨ ਜਿਹੜਾ ਕਹਿ ਸਕਦੇ ਹਾਂ ਇੱਕ ਧੁਰਾਵਾ ਜੀ ਐਨ ਈ ਕਾਲਜ, ਉਹਨਾਂ ਨੇ ਸਾਨੂੰ ਬੁਲਾਇਆ ਅੱਜ ਇੰਟਰਵਿਊ ਲਈ। ਉਹਨਾਂ ਦਾ ਜਿਹੜਾ ਰੇਡੀਓ ਦੇ ਉੱਪਰ ਚੱਲਦਾ ਵਾ ਸਟੇਸ਼ਨ ਉਹਦੇ ਉੱਪਰ 90.8, ਤੇ ਉਹਦੇ ਤੇ ਸਾਨੂੰ ਅੱਜ ਇੰਟਰਵਿਊ ਦਾ ਮੌਕਾ ਮਿਲਿਆ ਲੋਕਾਂ ਤੱਕ ਆਵਾਜ਼ ਪਹੁੰਚਾਉਣ ਦਾ, ਸ਼ਹਿਰ ਵਾਸੀ ਪੰਜਾਬ ਲੁਧਿਆਣਾ ਦੇ ਸ਼ਹਿਰ ਵਾਸੀਆਂ ਤੱਕ ਸਾਡੀ ਆਵਾਜ਼ ਪਹੁੰਚਾਉਣ ਦਾ। ਉਹਦੇ ਲਈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ, ਡਾਇਰੈਕਟਰ ਸਾਹਿਬ ਦਾ ਵੀ ਤੇ ਕਾਲਜ ਦਾ ਵੀ ਤੇ ਰੇਡੀਓ ਸਟਾਫ ਦਾ ਵੀ ਸਾਰੇ ਦਾ। ਤੇ ਅਸੀਂ ਦੱਸਣਾ ਚਾਹੁੰਦੇ ਸੀ ਅੱਜ, ਜੋ ਕਿ ਮੈਂ ਤੁਸੀਂ ਅਕਸਰ ਸਾਨੂੰ ਲਾਈਵ ਹੁੰਦੇ ਦੇਖਦੇ ਰਹਿੰਦੇ ਹੋ, ਤੇ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕਰੀ ਆ ਵੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਜਸਵਿੰਦਰ ਵੀਰ ਉਹਨਾਂ ਕੋਲੇ। ਤੇ ਸਾਡੀ ਸੰਸਥਾ ਬਾਰੇ ਤੁਹਾਨੂੰ ਸਾਰਿਆਂ ਨੂੰ ਜਿਵੇਂ ਪਤਾ ਹੀ ਆ, ਅਸੀਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਨਾਂ ਦਾ ਇੱਕ ਪੇਜ ਵੀ ਚੱਲਦਾ ਜਿਹਦੇ 'ਤੇ ਤੁਸੀਂ ਲਾਈਵ ਹੋ ਰਹੇ ਹੋ। ਅਸੀਂ ਲਵਾਰਸ ਬੰਦਿਆਂ ਨੂੰ ਸੜਕਾਂ ਤੋਂ ਚੱਕ ਕੇ ਲੈ ਕੇ ਆਉਂਦੇ ਹਾਂ, ਉਹਨਾਂ ਦਾ ਇਲਾਜ ਕਰਵਾਉਂਦੇ ਹਾਂ। ਸਾਡੇ ਟੀਮ ਮੈਂਬਰ ਪਿੱਛੇ ਬੈਠੇ ਆ ਕੁਛ, ਜਿੰਨੇ ਕੁ ਅਸੀਂ ਆਏ ਹਾਂ ਅੱਜ 4 ਜਣੇ, ਜਿੰਦਰ ਆ, ਅਮਿਤ ਆ, ਆਪਣਾ ਪਾਲ ਆ ਜੀ, ਅਤੇ ਗੌਰਵ ਆ। ਅਤੇ ਅਸੀਂ ਅੱਜ ਸੱਚੇ ਪਾਤਸ਼ਾਹ ਦੀ ਮਿਹਰ ਦੇ ਸਾਡਾ ਐਡੀ ਵੱਡੀ ਸੇਵਾ ਨਿਭਾ ਰਹੇ ਹਾਂ। ਜਿਹੜੇ ਲਵਾਰਸ ਸੜਕਾਂ 'ਤੇ ਪਏ ਹੋਏ ਇਨਸਾਨ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਜਿਨ੍ਹਾਂ ਦੇ ਕੀੜੇ ਪਏ ਹੋਏ ਕਹਿ ਸਕਦੇ ਹਾਂ, ਜਿਵੇਂ ਕਹਿਣਾ ਕੀੜੇ ਪਏ, ਕੱਢਣਾ ਅਤੇ ਦੇਖਣਾ ਅਤੇ ਉਹਦੇ ਦਰਦ ਨੂੰ ਹੰਢਾਉਣਾ ਸਭ ਤੋਂ ਵੱਡੀ ਗੱਲ ਆ ਜੀ। ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਸੀਂ ਉਹ ਚੀਜ਼ਾਂ ਦੇਖਦੇ ਹਾਂ, ਬੜੀ ਦੁੱਖਦਾਈ ਗੱਲਾਂ ਵਾ। ਅਸੀਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਹਾਂ ਵੀ ਅਸੀਂ ਸੋਸ਼ਲ ਮੀਡੀਆ 'ਤੇ ਵੀ ਇੱਦਾਂ ਦੇ ਜਿਹੜੇ ਪਲੇਟਫਾਰਮ ਆ ਰੇਡੀਓ, ਅਸੀਂ ਉੱਥੇ ਵੀ ਤਕਰੀਬਨ ਇਹ ਚੀਜ਼ਾਂ ਦਾ ਸੁਨੇਹਾ ਪਹੁੰਚਾਉਂਦੇ ਰਹਿੰਦੇ ਹਾਂ ਵੀ ਅਵੇਅਰ ਹੋਵੋ। ਸਭ ਤੋਂ ਜ਼ਰੂਰਤ ਆ ਅਵੇਅਰ ਹੋਣ ਦੀ, ਅਵੇਅਰ ਹੋ ਕੇ ਜੇ ਵੀਰ ਭੈਣ ਹੈਲਪ ਕਰਦਾ, ਅਸੀਂ ਸਾਡੀ ਟੀਮ ਇਕੱਲੀ ਕੀ ਕਰੂ, ਅਸੀਂ 30-35 ਜਾਣੇ 40 ਜਾਣੇ ਪੂਰੇ ਪੰਜਾਬ ਨੂੰ ਜਾਂ ਇੰਡੀਆ ਨੂੰ ਕਿੱਦਾਂ ਕਵਰ ਕਰ ਸਕਦੇ ਹਾਂ। ਤੁਸੀਂ ਸਾਰੇ ਰਲ ਕੇ, ਸਾਡਾ ਮੇਨ ਮਕਸਦ ਇਹੀ ਹੁੰਦਾ ਰੇਡੀਓ ਚੈਨਲਾਂ 'ਤੇ ਜਾਂ ਹੋਰ ਕਿਸੇ ਚੈਨਲ, ਜਿਹੜਾ ਸਾਡਾ ਸੋਸ਼ਲ ਮੀਡੀਆ ਦਾ ਚੈਨਲ ਆ, ਉਹਦੇ 'ਤੇ ਵੀ ਲੋਕ ਅਵੇਅਰ ਹੋਣ, ਹੋਰ ਵੀਰ ਭੈਣ ਇਸ ਚੀਜ਼ ਦੇ ਵਿੱਚ ਆਉਣ, ਜਿਹੜਾ ਟੀਨੇਜ਼ਰ ਆ ਉਸ ਕੰਮ ਨੂੰ ਆ ਕੇ ਅਪਣਾਵੇ, ਉਹਨਾਂ ਦੇ ਮਹੱਲਾ ਲੈਵਲ 'ਤੇ, ਪਿੰਡ ਲੈਵਲ 'ਤੇ, ਸ਼ਹਿਰ ਲੈਵਲ 'ਤੇ, ਡਿਸਟ੍ਰਿਕਟ ਲੈਵਲ 'ਤੇ, ਇੱਦਾਂ ਦੀਆਂ ਚੀਜ਼ਾਂ ਮੁੰਡੇ ਇਕੱਠੇ ਹੋ ਕੇ ਆਪਦੇ ਲੈਵਲ 'ਤੇ ਸੇਵਾਵਾਂ ਸ਼ੁਰੂ ਕਰਨ। ਜਿੱਥੇ ਵੀ ਉਹਨਾਂ ਨੂੰ ਕੋਈ ਮਾੜੀ ਹਾਲਤ ਦੇ ਵਿੱਚ ਬੰਦਾ ਮਿਲਦਾ, ਉਹਨੂੰ ਮਿਲ ਕੇ ਉਹਦੀ ਮਦਦ ਕਰਨ। ਬਹੁਤ ਜ਼ਿਆਦਾ ਇਕੱਲੇ ਮੇਲ ਪਰਸਨ ਹੀ ਸੜਕਾਂ 'ਤੇ ਘੁੰਮਦੇ ਨੇਗੇ, ਫੀਮੇਲਸ ਵੀ ਬਹੁਤ ਨੇ ਵਿਚਾਰੀਆਂ, ਜਿਨ੍ਹਾਂ ਦੇ ਲਈ ਕੋਈ ਸ਼ੈਲਟਰ ਹੋਮ ਨਹੀਂ ਬਣੇ ਹੋਏ ਸਰਕਾਰ ਵੱਲੋਂ, ਕੋਈ ਪ੍ਰਬੰਧ ਨਹੀਂ ਕੀਤੇ ਗਏ। ਹੁਣ ਤੱਕ ਜਿਉਂ ਆਜ਼ਾਦੀ ਮਿਲੀ ਇਸ ਗੱਲ ਬਾਰੇ ਸੋਚਿਆ ਹੀ ਨਹੀਂ ਗਿਆ ਕਦੇ। ਹਰ ਇੱਕ ਚੀਜ਼ ਦੀ ਆਵਾਜ਼ ਉਠਾਵਾਂਗੇ ਜੇ ਆਪਾਂ ਆਵਾਜ਼ ਬੁਲੰਦ ਕਰਾਂਗੇ, ਤਾਂ ਹੀ ਅੱਗੇ ਜਾ ਕੇ ਇਹ ਕੰਮ ਹੁੰਦੇ। ਇਕੱਲੇ ਸਰਕਾਰ ਵੀ ਕੀ ਕਰ ਸਕਦੀ, ਸਰਕਾਰ ਨੂੰ ਅੱਜ ਤੱਕ ਕਿਹੜੀ ਪ੍ਰੋਬਲਮ ਦਾ ਕਿਤੇ ਸਾਹਮਣਾ ਹੀ ਨਹੀਂ ਕਰਨਾ ਪਿਆ, ਉਹਨਾਂ ਦੇ ਮੂਹਰੇ ਅੱਗੇ ਜਾ ਕੇ ਕਿਸੇ ਨੇ ਧਰਨਾ ਨਹੀਂ ਦਿੱਤਾ ਵੀ ਆਹ ਲਵਾਰਸਾਂ ਦੇ ਵਾਸਤੇ ਵੀ ਕੋਈ ਇਲਾਜ ਸ਼ੁਰੂ ਕਰੋ ਜੀ ਜਾਂ ਸ਼ੈਲਟਰ ਹੋਮ ਬਣਾਓ। ਕਿਉਂਕਿ ਲਵਾਰਸਾਂ ਦੀ ਨਾ ਕੋਈ ਵੋਟ ਹੁੰਦੀ, ਨਾ ਸਪੋਰਟ, ਨਾ ਕਮਿਊਨਿਟੀ, ਨਾ ਇਹਨਾਂ ਦੀ ਕੋਈ ਮੈਜੋਰਟੀ ਹੁੰਦੀ ਆ। ਇਸ ਕਰਕੇ ਇਹ ਅੱਡ ਅੱਡ ਸ਼ਹਿਰਾਂ 'ਚ, ਅੱਡ ਅੱਡ ਮਹੱਲਿਆਂ 'ਚ ਲਵਾਰਸਾਂ ਦੀ ਜ਼ਿੰਦਗੀ, ਜਿਹਨਾਂ ਨੂੰ ਆਪਦਾ ਹੀ ਨਹੀਂ ਪਤਾ, ਉਹ ਆਪਦਾ ਹੱਕ ਕਿੱਥੋਂ ਮੰਗਣਗੇ ਜੀ। ਇਸ ਕਰਕੇ ਇਹਨਾਂ ਦਾ ਹੱਕ ਮੰਗਣ ਲਈ ਵੀ ਆਪਾਂ ਨੂੰ ਖੜੇ ਹੋਣਾ ਪੈਣਾ। ਕੋਈ ਇਹਦੇ ਬਾਰੇ ਜੇ ਆਪਾਂ ਅਵੇਅਰ ਕਰੀਏ, ਜਿਹੜੇ ਆਪਣੇ ਲੀਡਰ ਨੇ ਉਹਨਾਂ ਨੂੰ, ਜਿਹੜੇ ਮਿਨਿਸਟਰਸ ਨੇ ਉਹਨਾਂ ਨੂੰ, ਜਿਹੜੇ ਜਿਹੜੇ ਬੰਦੇ ਦੀ ਜਿਹਦੇ ਤੱਕ ਅਪਰੋਚ ਹੈਗੀ ਹੈ, ਪਲੀਜ਼ ਰਿਕੁਐਸਟ ਆ ਉਹਨਾਂ ਨੂੰ ਜ਼ਰੂਰ ਦੱਸੋ ਵੀ ਇੱਦਾਂ ਦੀ ਹੈਲਪ ਦੀ ਲੋੜ ਆ। ਬਹੁਤ ਬੰਦੇ ਸੜਕਾਂ 'ਤੇ ਪਏ ਆ ਜਿਹਨਾਂ ਨੂੰ ਇਲਾਜ ਦੀ ਲੋੜ ਆ, ਉਹਨਾਂ ਲਈ ਕੋਈ ਸ਼ੈਲਟਰ ਹੋਮ ਬਣਾਏ ਜਾਣ, ਕੋਈ ਇੱਦਾਂ ਦੇ NGOs ਦੇ ਗਠਨ ਕੀਤੇ ਜਾਣ, ਸਮਾਜ ਸੇਵੀ ਸੰਸਥਾਵਾਂ ਨੂੰ ਇਸ ਪਾਸੇ ਨੂੰ ਲਾਇਆ ਜਾਵੇ। ਕੋਈ ਅਸੀਂ ਨਹੀਂ ਕਹਿੰਦੇ ਜਾਨਵਰਾਂ ਦਾ ਵੀ ਰੱਖਿਆ ਕਰਨੀ ਚਾਹੀਦੀ ਹੈ, ਗਾਵਾਂ ਦੀ, ਸਾਰੀਆਂ ਚੀਜ਼ਾਂ ਦੀ ਕਰਨੀ ਚਾਹੀਦੀ, ਇੱਦਾਂ ਦੇ ਬੰਦਿਆਂ ਦੀ ਵੀ ਬਹੁਤ ਜ਼ਿਆਦਾ ਲੋੜ ਆ। ਪਰ ਕਈ ਬੰਦੇ ਮੈਂ ਦੇਖਦੇ, ਕਈ ਸੰਸਥਾਵਾਂ ਚੱਲਦੀਆਂ ਜਿਹੜੇ ਸੜਕਾਂ ਦੇ ਉੱਪਰ ਲਵਾਰਸ ਕੁੱਤੇ ਫਿਰਦੇ ਜਾਂ ਕੁੱਤੇ ਪਏ ਆ, ਉਹਨਾਂ ਦੇ ਵੀ ਜ਼ਖਮੀਆਂ ਦੇ ਇਲਾਜ ਕਰਵਾਉਂਦੇ ਆ, ਉਹਨਾਂ ਦੇ ਨਾਲ ਨਾਲ ਇਨਸਾਨ ਉਸ ਤੋਂ ਵੀ ਮਾੜੀ ਹਾਲਤ ਦੇ ਵਿੱਚ ਪਏ, ਉਹਨਾਂ ਦੇ ਵੀ ਇਲਾਜ ਦੀ ਬਹੁਤ ਲੋੜ ਆ। ਉੱਦਾਂ ਦੀਆਂ ਸੰਸਥਾਵਾਂ ਜ਼ਰੂਰ ਬਣਨ, ਪਿੰਡ ਲੈਵਲ 'ਤੇ ਨਾ ਬਣਨ ਤਾਂ ਡਿਸਟ੍ਰਿਕਟ ਲੈਵਲ 'ਤੇ ਤਾਂ ਸਰਕਾਰ ਵੱਲੋਂ ਜ਼ਰੂਰ ਬਣਨੀਆਂ ਚਾਹੀਦੀਆਂ। ਇੱਕ ਵਾਰਡ ਇੱਦਾਂ ਦੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਇੱਦਾਂ ਦੇ ਬੰਦਿਆਂ ਦਾ ਇਲਾਜ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਕਿੱਥੇ ਰੱਖਿਆ ਜਾਵੇ, ਉਹਨਾਂ ਨੂੰ ਕਿੱਦਾਂ ਰੀਹੈਬਿਲਿਟੇਟ ਕੀਤਾ ਜਾਵੇ,
ਯਾਨੀ ਕਿ ਅਸੀਂ ਇਹੀ ਬੇਨਤੀ ਕਰਦੇ ਹਾਂ ਇਹ ਵੀਰ ਜਸਵਿੰਦਰ ਉਹਨਾਂ ਦੇ ਅੱਜ ਰੇਡੀਓ ਰਾਹੀਂ ਵੀ ਅਸੀਂ ਇਹੀ ਬੇਨਤੀ ਕਰੀਏ ਹੁਣ ਤੁਹਾਡੇ ਸਾਰੇ ਵੀਰਾਂ ਭੈਣਾਂ ਅੱਗੇ ਵੀ ਇਹੀ ਬੇਨਤੀ ਕਰਦੇ ਹਾਂ ਵੀ ਇੱਕ ਜਿਹੜਾ ਸਭ ਤੋਂ ਵੱਡਾ ਧਰਮ ਆ ਇਨਸਾਨ ਦਾ ਮਨੁੱਖਤਾ ਦਾ ਸੇਵਾ ਉਹਨੂੰ ਸਮਝੋ ਉਹਨੂੰ ਅਪਣਾਓ ਉਹਦੇ ਵਾਸਤੇ ਅੱਗੇ ਆਓ ਤੁਸੀਂ ਅੱਗੇ ਅੱਜ ਤੋਂ 20 ਸਾਲ ਪਹਿਲਾਂ 10 ਸਾਲ ਪਹਿਲਾਂ ਜਿਹੜੇ ਪੁਰਾਣੇ ਓਲਡ ਏਜ ਬੰਦੇ ਉਹਨਾਂ ਨੇ ਦੇਖਿਆ ਉਹਨਾਂ ਨੂੰ ਕਿਤੇ ਬੰਦੇ ਹੁੰਦੇ ਨੀ ਸੀ ਇੰਨੇ ਪਾਗਲ ਜਾਂ ਇੰਨੇ ਬੰਦੇ ਲਵਾਰ ਘਰਾਂ ਚ ਹੀ ਬੰਦੇ ਆਪ ਕੇਅਰ ਹੋ ਜਾਂਦੀ ਸੀ ਉਹਨਾਂ ਦੀ ਜੇ ਇੱਕ ਬੰਦਾ ਪਿੰਡ ਦੇ ਵਿੱਚ ਕੋਈ ਮੈਂਟਲੀ ਫਿਰਦਾ ਪਤਾ ਹੁੰਦਾ ਸੀ ਵੀ ਇਹ ਫਲਾਨਿਆਂ ਦਾ ਉਹਨੂੰ ਹਰੇਕ ਪਿੰਡ ਦਾ ਬੰਦਾ ਪਿਆਰ ਕਰਦਾ ਸੀ ਹਰੇਕ ਬੰਦਾ ਉਹਨੂੰ ਸਮਝਾਉਂਦਾ ਸੀ ਜਾਂ ਆਪਦੇ ਕੋਲੇ ਬਿਠਾ ਕੇ ਖਾਣਾ ਖਵਾਉਂਦਾ ਸੀ ਖੇਡਦੇ ਸੀ ਹੱਸਦੇ ਸੀ ਹੁਣ ਤਾਂ ਜੀ ਪਿੰਡਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਦੋ ਦੋ ਪਾਗਲ ਕਮਰੇ ਤੁਰੇ ਫਿਰਦੇ ਆ ਜੀ ਕੋਈ ਸਮਝਦਾ ਨਹੀਂ ਇੱਟਾਂ ਮਾਰਦੇ ਲੋਕ ਉਹਨਾਂ ਦੇ ਤੇ ਹੌਲੀ ਹੌਲੀ ਪਿੰਡਾਂ ਚੋਂ ਨਿਕਲ ਕੇ ਸ਼ਹਿਰਾਂ ਚ ਆ ਜਾਂਦੇ ਸ਼ਹਿਰਾਂ ਚੋਂ ਨਿਕਲਦੇ ਉਹਨਾਂ ਦੀ ਪਛਾਣ ਖਤਮ ਹੋ ਜਾਂਦੀ ਆ ਉਹਨਾਂ ਦੇ ਸੱਟ ਵੀ ਲੱਗੀ ਛੋਟੀ ਉਹ ਚ ਕੀੜੇ ਪੈ ਜਾਂਦੇ ਬੁਰੇ ਹਾਲ ਹੋ ਜਾਂਦੇ ਜੀ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਆਪਾਂ ਸਾਰੇ ਜਾਣੇ ਰਲ ਕੇ ਇੱਕ ਜਿਹੜਾ ਯੂਥ ਆ ਅੱਜ ਦਾ ਉਹ ਇਸ ਕੰਮ ਦੇ ਵਿੱਚ ਹੱਥ ਵਟਾਵੇ ਸਾਡੀ ਟੀਮ ਦੇ ਨਾਲ ਜਦੋਂ ਵੀ ਤੁਹਾਨੂੰ ਕੋਈ ਕ੍ਰਿਟੀਕਲ ਬੰਦਾ ਮਿਲਦਾ ਸਾਨੂੰ ਫੋਨ ਕਰੋ ਅਸੀਂ ਸਾਂਭਾਂਗੇ ਜੇ ਜਿਹੜਾ ਤੁਸੀਂ ਸਾਂਭ ਸਕਦੇ ਹੋ ਤੁਸੀਂ ਕਿਸੇ ਦੀ ਹੈਲਪ ਪੱਟੀ ਕਰਾ ਸਕਦੇ ਕੱਪੜੇ ਬਦਲਵਾ ਸਕਦੇ ਹੋ ਕਿਸੇ ਨੂੰ ਨਵਾ ਸਕਦੇ ਹੋ ਤੁਸੀਂ ਆਪਦੇ ਲੈਵਲ ਤੇ ਕਰੋ ਇਹੀ ਅਸੀਂ ਬੇਨਤੀ ਕਰਨੀ ਸੀ ਅੱਜ ਸਾਰੇ ਵੀਰਾਂ ਜਸਵਿੰਦਰ ਜੀ ਨਾਲ ਵੀ ਇਹੀ ਵਾਰਤਾ ਹੁੰਦੀਆਂ ਰਹੀਆਂ ਹੁਣ ਤੇ ਅਸੀਂ ਇਹ ਤੁਹਾਡੇ ਰਾਹੀਂ ਕਿੰਨੀਆਂ ਕੁ ਗੱਲਾਂ ਬਾਤਾਂ ਇੱਥੇ ਕੀਤੀਆਂ ਤੇ ਮੈਨੂੰ ਲੱਗਦਾ ਤੁਸੀਂ ਬਹੁਤ ਛੋਟਾ ਜਿਹਾ ਪਾਰਟ ਇਹਨਾਂ ਦੀ ਜਿਹੜੇ 5-7 ਮਹੀਨੇ ਦਾ ਜਿਹੜਾ ਕਰ ਪਾਏ ਆ ਤੇ ਤੁਸੀਂ ਤਾਂ ਸਾਰੇ ਦੇਖਦੇ ਹੋ ਫੇਸਬੁੱਕ ਦੇ ਪੇਜ ਦੇ ਉੱਪਰ ਕਿੱਦਾਂ ਜਿੱਦਾਂ ਭਗਤ ਪੂਰਨ ਸਿੰਘ ਜੀ ਚੱਕਦੇ ਸੀ ਮੀਂਹ ਕਣੀ ਚ ਉਹਨਾਂ ਨੂੰ ਪਤਾ ਹੁੰਦਾ ਕਿੱਥੇ ਰੱਖਣਾ ਆਪਾਂ ਜਿੱਦਾਂ ਸਾਰੇ ਗੱਲਬਾਤ ਵੀ ਕੀਤੀ ਹੈ ਸ਼ੈਲਟਰ ਤੁਸੀਂ ਇੱਕ ਵਾਰੀ ਜ਼ਰੂਰ ਜਿਹੜਾ ਪਿੰਡ ਬਾਰਨਹਾੜਾ ਵੇਖੇ ਤੁਸੀਂ ਇਹ ਸੁਸਾਇਟੀ ਦਾ ਜਿਹੜਾ ਜਿੱਥੇ ਆਸ਼ਰਮ ਬਣਿਆ ਜਿੱਥੇ ਸਾਰੇ ਬਜ਼ੁਰਗ ਰਹਿੰਦੇ ਨੇ ਤੁਸੀਂ ਉਹ ਦੇਖੋ ਜਾ ਕੇ ਉਹਨਾਂ ਦੀ ਲਾਈਫ ਕਿਉਂਕਿ ਅਸੀਂ ਸਾਨੂੰ ਸਾਡੇ ਛੋਟੇ ਛੋਟੇ ਦੁੱਖ ਹੁੰਦੇ ਨੇ ਜਿਹੜੇ ਉਹ ਨਿੱਕੇ ਨਿੱਕੇ ਦੁੱਖਾਂ ਪਿੱਛੇ ਸਾਡੇ ਘਰਾਂ 'ਚ ਲੜਾਈਆਂ ਹੁੰਦੀਆਂ ਨੇ ਉਹ ਦੇਖੋ ਉਹ ਇਨਸਾਨ ਨੇ ਕਈ ਵਾਰ ਅਸੀਂ ਵੀਡੀਓ ਦੇਖਦੇ ਹਾਂ ਤੇ ਉਹ ਵੀ ਪੈਰ ਕਿਸੇ ਦਾ ਜਿਹੜੇ ਕੀੜੇ ਪੈ ਗਏ ਨੇ ਉਹਦੇ ਵਿੱਚ ਤੇ ਕੀੜੇ ਪੈ ਜਾਣਾ ਬਹੁਤ ਵਰਸਟ ਜਿਹੜੀ ਲਾਈਫ ਹੁੰਦੀ ਆ ਵੀ ਜਿਹੜਾ ਉਹ ਸੁਣਨੋ ਹੀ ਕਰ ਦਿੰਦੇ ਦਿਮਾਗ ਨੂੰ ਤੇ ਅੱਜ ਅਸੀਂ ਬੜੀ ਟੈਕਨੋਲੋਜੀ ਦਾ ਇਹ ਕਹਿ ਰਹੇ ਹਾਂ ਕਿ ਬਹੁਤ ਅਸੀਂ ਚੰਨ ਤੇ ਪਹੁੰਚ ਗਏ ਹਾਂ ਜਾਂ ਹੋਰ ਅਸੀਂ ਬਹੁਤ ਮੱਲਾਂ ਮਾਰ ਰਹੀਆਂ ਨੇ ਮੈਨੂੰ ਲੱਗਦਾ ਵੀ ਉਹ ਮੱਲਾਂ ਮਾਰੀਆਂ ਹੋਈਆਂ ਸ਼ਾਇਦ ਸਾਡੇ ਕਿਸੇ ਕੰਮ ਦੀਆਂ ਨਹੀਂ ਹੈਗੀਆਂ ਅੱਜ ਪੈਸਾ ਸ਼ੋਹਰਤ ਸਾਰਾ ਕੁਛ ਆ ਗਿਆ ਪਰ ਵਿੱਚੋਂ ਜਿਹੜੀ ਆ ਉਹ ਮਨੁੱਖ ਦੇ ਜਿਹੜੀ ਉਹ ਮਨੁੱਖਤਾ ਜਿਹੜੀ ਗਾਇਬ ਹੁੰਦੀ ਜਾ ਰਹੀ ਆ ਜਿਹਦੇ ਕਰਕੇ ਸਾਨੂੰ ਅੱਜ ਅਸੀਂ ਭੁਗਤ ਵੀ ਰਹੇ ਹਾਂ ਨਾਲ ਨਾਲ ਇਹ ਨਹੀਂ ਕਿ ਭੁਗਤ ਨਹੀਂ ਰਹੇ ਹੈਗੇ ਅਸੀਂ ਆਪਣੇ ਬਜ਼ੁਰਗਾਂ ਨੂੰ ਜਾਂ ਇੱਦਾਂ ਦੇ ਜਿਹੜੇ ਲੋਕ ਨੇ ਜਿਹਨਾਂ ਨੂੰ ਕੋਈ ਬਿਮਾਰੀ ਹੁੰਦੀ ਆ ਠੀਕ ਆ ਕਈ ਵਾਰ ਕੋਈ ਪੈਸਾ ਨਹੀਂ ਹੁੰਦਾ ਤਾਂ ਆਂਢੀ ਗੁਆਂਢੀ ਅੱਗੇ ਮਦਦ ਕਰਦੇ ਅੱਜ ਤਾਂ ਉਹ ਮਤਲਬ ਕਿ ਪਤਾ ਹੀ ਨਹੀਂ ਗੁਆਂਢੀ ਕੌਣ ਆ ਉਹ ਵੀ ਜੇ ਕਿਸੇ ਨੂੰ 10-20 ਰੁਪਏ ਚਾਹੀਦੇ ਕਿਉਂਕਿ ਪ੍ਰੋਬਲਮ ਵੱਧਦੀ ਹੋ ਤਾਂ ਕੀੜਿਆਂ ਦੀ ਨੌਬਤ ਤਾਂ ਸਭ ਤੋਂ ਐਂਡ ਦੀ ਲਾਈਫ ਹੁੰਦੀ ਆ ਵੀ ਉਸ ਤੋਂ ਬਾਅਦ ਕੁਛ ਨਹੀਂ ਹੈ ਉਹ ਛੋਟਾ ਜਿਹਾ ਜ਼ਖਮ ਹੁੰਦਾ ਜਦੋਂ ਸ਼ਗਮ ਹੁੰਦਾ ਤੇ ਜ਼ਖਮ ਤੋਂ ਬਾਅਦ ਐਡਾ ਵੱਡਾ ਵੱਧ ਕਿਉਂਕਿ ਜੇ ਟਾਈਮ ਸਿਰ ਟ੍ਰੀਟਮੈਂਟ ਹੋ ਜੇ ਤਾਂ ਮੈਨੂੰ ਲੱਗਦਾ ਕਿ ਉਹ ਠੀਕ ਰਹਿਣ ਤੇ ਜੇ ਕੋਈ ਵੀਰ ਇੱਦਾਂ ਕਾਉਂਸਲਿੰਗ ਵੀ ਉਹਨਾਂ ਜਿਹੜੇ ਮੈਂਟਲੀ ਅਪਸੈਟ ਨੇ ਉਹਨਾਂ ਦੀ ਕਰਨਾ ਚਾਹੀਦਾ ਤਾਂ ਜ਼ਰੂਰ ਇਹਨਾਂ ਕੋਲੇ ਵੀਰ ਉਹਨਾਂ ਕੋਲੇ ਆ ਕੇ ਪਹੁੰਚ ਕੇ ਉਹਨਾਂ ਗੱਲਾਂ ਬਾਤਾਂ ਕਰਕੇ ਕਈ ਤਾਂ ਪੇਸ਼ੈਂਟ ਠੀਕ ਹੋ ਜਾਂਦੇ ਨੇ ਉਹ ਚਾਹੁੰਦੇ ਨੇ ਕਿ ਸਾਡੀ ਕੋਈ ਟੇਕ ਕੇਅਰ ਕਰੇ ਸਾਡੀ ਕੋਈ ਕੇਅਰ ਕਰੇ ਕਿਉਂਕਿ ਹਰ ਜਾਨਵਰ ਵੀ ਚਾਹੁੰਦਾ ਕੇਅਰ ਆਪਦੀ ਹਰ ਬੰਦਾ ਦੁਨੀਆਂ ਤੇ ਚਾਹੇ ਕੋਈ ਪੰਛੀ ਹੈ ਚਾਹੇ ਕੋਈ ਵੀ ਜਾਨਵਰ ਉਹ ਆਪਣੀ ਕੇਅਰ ਚਾਹੁੰਦਾ ਪੇਸ਼ੈਂਟ ਇਗਨੋਰਡ ਹੁੰਦੇ ਨੇ ਉਹ ਘਰੋਂ ਤੇ ਉਹ ਵੀ ਆਪਣੀ ਕੇਅਰ ਤੁਸੀਂ ਕਰਕੇ ਦੇਖੋ ਇਸ ਤੋਂ ਵੱਡੀ ਜਿਹੜੀ ਪ੍ਰਸੰਨਤਾ ਜਿਹੜੀ ਉਹ ਹੋ ਨਹੀਂ ਸਕਦੀ ਮੈਨੂੰ ਲੱਗਦਾ ਤੇ ਸਾਨੂੰ ਮੈਂ ਜਿੱਥੇ ਵੀਰ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਇੱਥੇ ਸਟੂਡੀਓ 'ਚ ਪਹੁੰਚਣ ਤੇ ਉੱਥੇ ਧੰਨਵਾਦ ਵੀ ਕਰਦਾ ਕਿ ਕਿਉਂਕਿ ਕਹਿੰਦੇ ਸੀਗੇ ਅਸੀਂ ਜਿਹੜੇ ਇਸ ਟਾਈਮ ਪੇਸ਼ੈਂਟ ਨੂੰ ਲੈ ਕੇ ਜਾਂਦੇ ਹਾਂ ਤੇ ਉਹ ਟਾਈਮ ਬਿਜ਼ੀ ਆਪਣੇ ਟਾਈਮ 'ਚੋਂ ਕੱਢ ਕੇ ਸਾਡੇ ਕੋਲ ਪਹੁੰਚੇ ਨੇ ਜਿਹੜਾ ਟਾਈਮ ਇਹਨਾਂ ਨੇ ਉੱਥੇ ਦੇਣਾ ਸੀ ਸਾਨੂੰ ਦੇ ਰਹੇ ਨੇ ਤੇ ਅਸੀਂ ਪਰ ਸਾਡਾ ਇਹ ਮਕਸਦ ਇਹ ਹੁੰਦਾ ਇਸ ਰੇਡੀਓ ਸਟੇਸ਼ਨ ਦੇ ਉੱਪਰ ਜੀ ਐਨ ਈ ਤੋਂ ਕਿ ਅਸੀਂ ਉਹਨਾਂ ਬੰਦਿਆਂ ਨੂੰ ਤੁਹਾਡੇ ਰੂਬਰੂ ਕਰੀਏ ਜਿਹੜੇ ਸਮਾਜ ਲਈ ਕੁਛ ਕਰ ਰਹੇ ਨੇ ਕਿਉਂਕਿ ਜੇ ਕੋਈ ਮਾੜਾ ਕਰ ਰਿਹਾ ਤਾਂ ਅਸੀਂ ਇੱਕ ਦੀ ਬਜਾਏ 20 ਨੂੰ ਦੱਸਦੇ ਹਾਂ ਪਰ ਜੇ ਕੋਈ ਚੰਗਾ ਕਰ ਰਿਹਾ ਤੇ ਅਸੀਂ ਕਿਸੇ ਨੂੰ ਦੱਸਦੇ ਨਹੀਂ ਹੈ ਤੇ ਸਾਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਨਾਲ ਦੇ ਨਾਲ ਜਾ ਕੇ ਵੀ ਤੁਸੀਂ ਬਹੁਤ ਚੰਗਾ ਕਿਉਂਕਿ ਉਹਨਾਂ ਹੌਸਲਾ ਵੱਧਦਾ ਵੱਡੀ ਗੱਲ ਇਹ ਆ ਕਈ ਵਾਰ ਅਸੀਂ ਫਾਈਨੈਂਸ਼ਲੀ ਨਹੀਂ ਕਰ ਸਕਦੇ ਤੁਸੀਂ ਫੋਨ ਕਰਕੇ ਵੀਰ ਉਹਨਾਂ ਨੂੰ ਜਾਂ ਉਹ ਹੌਸਲਾ ਦਿਓ ਕਿ ਤੁਸੀਂ ਹੌਸਲੇ ਨਾਲ ਹੀ ਅੱਗੇ ਵਧਿਆ ਜਾਂਦਾ ਤੇ ਮੈਂ ਇੱਕ ਵਾਰ ਫਿਰ ਜਿਹੜਾ ਇੱਥੇ ਸਟੂਡੀਓ ਤੇ ਆਉਣ ਵਿੱਚ ਵੀਰ ਉਹਨਾਂ ਦਾ ਧੰਨਵਾਦ ਇੱਥੇ ਕਰਦਾ ਤੇ ਫਿਰ ਉਮੀਦ ਕਰਾਂਗੇ ਜਿੱਦਾਂ ਵੀ ਅੱਗੇ ਸੇਵਾਵਾਂ ਹੋਣਗੀਆਂ ਤੇ ਸਾਡੇ ਨਾਲ ਰੂਬਰੂ ਹੁੰਦੇ ਰਹੋ ਕਿ ਆਪਾਂ ਤੁਹਾਡੇ ਸਰੋਤਿਆਂ ਤੱਕ ਸਾਰੇ ਦਰਸ਼ਕਾਂ ਤੱਕ ਜਿਹੜੀ ਇਹ ਗੱਲ ਪਹੁੰਚਾਉਂਦੇ ਰਹੀਏ ਇਨਸਾਨੀਅਤ ਦੀ ਉਹ ਭਗਤ ਪੂਰਨ ਸਿੰਘ ਦੀ ਗੱਲ ਜਿਹੜੀ ਆ ਇਨਸਾਨੀਅਤ ਦੀ ਜਿਹੜੀ ਸੇਵਾ ਸਭ ਤੋਂ ਵੱਡੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜਿਹੜੀ ਇਸ ਤੋਂ ਉੱਤੇ ਹੋਰ ਕੁਛ ਨਹੀਂ ਹੈ ਘਰ ਦੇ ਵਿੱਚ ਵੀ ਹੈ ਚਾਹੇ ਭਾਵੇਂ ਉਹ ਬਾਹਰ ਵੀ ਆ ਕਿਤੇ ਵੀ ਅਸੀਂ ਉਹ ਪੇਸ਼ੈਂਟ ਦੇਖੀਏ ਉਹਨੂੰ ਇਗਨੋਰ ਨਾ ਕਰੀਏ ਕਿਤੇ ਨਾ ਕਿਤੇ ਕੁਛ ਉਹਦੀ ਹੈਲਪ ਕਰਨ ਦੀ ਸੋਚੀਏ ਜ਼ਰੂਰੀ ਨਹੀਂ ਹੁੰਦਾ ਪੈਸੇ ਨਾਲ ਹੀ ਆ ਕੁਛ ਹੋਰ ਹੀਲੇ ਬਹੁਤ ਨੇ ਜਿਹਨਾਂ ਨਾਲ ਅਸੀਂ ਹੈਲਪ ਕਰ ਸਕਦੇ ਹਾਂ ਠੀਕ ਆ ਜੀ ਕੋਈ ਹੋਰ ਗੱਲਬਾਤ ਜਿਹੜੀ ਤੁਸੀਂ ਬਸ ਇਹੀ ਅੱਜ ਦੀਆਂ ਗੱਲਾਂ
ਵੀ ਵਾਰਨ ਵਾਲੇ ਪਿੰਡ ਅੰਬੜਾ ਰੋਡ ਦੇ ਉੱਪਰ ਲੁਧਿਆਣੇ ਸਾਡਾ ਇਹ ਸ਼ੈਲਟਰ ਹੁਣ ਚੱਲਦਾ ਜਿੱਥੇ ਅਸੀਂ ਲਿਬਾਸ ਬੰਦਿਆਂ ਨੂੰ ਰੱਖਦੇ ਹਾਂ 42 ਦੇ ਕਰੀਬ ਸਾਡੇ ਕੋਲ ਬੰਦੇ ਹੁਣ ਇਸ ਟਾਈਮ ਰਹਿੰਦੇ ਆ ਤੇ ਹੁਣ ਤੱਕ 32 ਬੰਦੇ ਅਸੀਂ ਪਰਿਵਾਰਾਂ 'ਚ ਬਚਾ ਚੁੱਕੇ ਹਾਂ। ਜਿਵੇਂ ਕਿ ਤੁਹਾਨੂੰ ਸਾਰੇ ਵੀਰਾਂ ਭੈਣਾਂ ਨੂੰ ਪਤਾ ਵੀ ਜਿਹੜੀ ਟੀਮ ਸਾਡੀ ਕੰਮ ਕਰ ਰਹੀ ਆ ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਇਹਦੇ ਵਿੱਚੋਂ ਸਾਡਾ ਇੱਕ ਭਰਾ ਛੋਟਾ ਵੀਰਿੰਦਰ ਸਿੰਘ ਗਰੇਵਾਲ ਸਾਨੂੰ ਸਲੀਮ ਵਿਛੋੜਾ ਦੇ ਕੇ ਚਲਿਆ ਗਿਆ, ਉਹਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ਼ੁਰੂਆਤ ਕਰਵਾਈ ਸੀ ਇਸ ਸੇਵਾ ਦੇ ਵਿੱਚ। ਅੱਜ ਵੀ ਅਸੀਂ ਉਹਦੇ ਨਾਮ ਦੇ ਉੱਪਰ ਉਹਦੇ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਲੱਗੇ ਹੋਏ ਹਾਂ। ਅਸੀਂ ਸਾਰੇ ਵੀਰਾਂ ਭੈਣਾਂ ਨੂੰ ਫਿਰ ਦੁਬਾਰਾ ਬੇਨਤੀ ਕਰਦੇ ਹਾਂ ਵੀ ਜੇ ਕੋਈ ਤੁਹਾਨੂੰ ਕਿਤੇ ਵੀ ਕੋਈ ਬੰਦਾ ਇੱਦਾਂ ਦਾ ਮਿਲਦਾ ਹਾਲਾਤ ਦੇ ਵਿੱਚ ਕੋਈ ਵੀਰ ਜਾਂ ਭੈਣ, ਤਾਂ ਉਹਨੂੰ ਪਹਿਲਾਂ ਫਸਟ ਏਡ ਦਿਓ, ਉਹਦੀ ਮਦਦ ਕਰੋ। ਤੇ ਜੇ ਤੁਹਾਡੇ ਤੁਹਾਨੂੰ ਲੱਗਦਾ ਵੀ ਕ੍ਰਿਟੀਕਲ ਆ ਜ਼ਿਆਦਾ ਜਾਂ ਤੁਸੀਂ ਨਹੀਂ ਸੰਭਾਲ ਸਕਦੇ ਤਾਂ ਸਾਡੇ ਨੰਬਰ 97803000 'ਤੇ ਸੰਪਰਕ ਕਰੋ, ਸਾਡੇ ਕੋਲ ਪਹੁੰਚਦਾ ਕਰੋ, ਜਾਂ ਅਸੀਂ ਲੈ ਕੇ ਆਵਾਂਗੇ ਜਾਂ ਸਾਡੀ ਟੀਮ ਪਹੁੰਚੂਗੀ। ਯਾਨੀ ਕਿ ਜ਼ਰੂਰ ਇੱਦਾਂ ਦੇ ਬੰਦਿਆਂ ਦੀ ਮਦਦ ਕਰੋ ਜੀ, ਕਿਉਂਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਆ ਜੀ, ਮਨੁੱਖਤਾ ਹੀ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ, ਕਿਉਂਕਿ ਇਨਸਾਨ ਦੇ ਅੰਦਰ ਹੀ ਰੱਬ ਵੱਸਦਾ। ਆਪਾਂ ਪੱਥਰਾਂ ਦੇ ਵਿੱਚੋਂ ਲੱਭਦੇ ਫਿਰਦੇ ਹਾਂ, ਗੁਰਦੁਆਰੇ ਮੰਦਰਾਂ ਦੇ ਵਿੱਚ ਜਾਣਾ ਚਾਹੀਦਾ, ਹੇਮਕੁੰਡ ਸਾਹਿਬ ਵੀ ਜਾਣਾ ਚਾਹੀਦਾ, ਜਿੱਥੇ ਵੀ ਤੁਹਾਡਾ ਮਨ ਮੰਨਦਾ ਕੋਈ ਜਿਹੜੇ ਵੀ ਧਾਰਮਿਕ ਸਥਲ ਤੇ ਜਾਓ, ਪਰ ਉੱਥੇ ਜਾ ਕੇ ਇੱਕ ਗੱਲ ਘੱਟੋ ਘੱਟ ਜ਼ਰੂਰ ਖਿਆਲ ਰੱਖਿਆ ਕਰੋ ਵੀ ਕੀ ਆਪਾਂ ਆਪਦੀ ਇੱਕ ਜਿਹੜੀ ਹਿਊਮਨਿਟੀ ਆ, ਇਨਸਾਨੀਅਤ ਆ, ਉਹਦੇ ਲਈ ਕੀ ਕਰਦੇ ਹਾਂ। ਇਕੱਲਾ ਆਪਦੇ ਲਈ ਮੱਥੇ ਟੇਕ ਕੇ ਆਪਦੇ ਬੱਚਿਆਂ ਲਈ ਅਰਦਾਸਾਂ ਕਰਕੇ ਆਪਦੇ ਲਈ ਮੰਗ ਕੇ ਵੀ ਅਸੀਂ ਬਾਬਾ ਜੀ ਸਾਨੂੰ ਆਹ ਮੇਰਾ ਬੱਚਾ ਪਾਸ ਹੋਵੇ, ਮੇਰੀ ਕੁੜੀ ਬਾਹਰ ਚਲੇ, ਮੇਰਾ ਮੁੰਡਾ ਬਾਹਰ ਚਲੇ ਜਾਵੇ, ਉਹਦੇ ਨਾਲ ਤੁਹਾਡੀ ਜ਼ਿੰਦਗੀ ਨਹੀਂ ਗਈ। ਸੱਚੇ ਪਾਤਸ਼ਾਹ ਇੱਦਾਂ ਨਹੀਂ ਦਿੰਦੇ ਗੇ ਬੰਦਿਆਂ ਨੂੰ ਵੀ ਉੱਥੇ ਕੋਈ ਬਣ ਰਿਹਾ ਖੈਰਾਤ, ਉਹ ਵੀ ਘਰੇ ਬੈਠਿਆਂ ਨੂੰ ਤੁਸੀਂ ਜਾ ਕੇ ਅਰਦਾਸ ਕਰੋਗੇ ਤੁਹਾਨੂੰ ਮੁੰਡਿਆਂ ਨੂੰ ਮਿਲ ਜੂਗੀ। ਉਹਦੇ ਲਈ ਕੁਛ ਨਾ ਕੁਛ ਕਰਨਾ ਪਊ। ਸੱਚੇ ਪਾਤਸ਼ਾਹ ਵੀ ਇਹੀ ਕੁਆਲਿਟੀ ਦੇਖਦੇ, ਬੰਦਾ ਕਰ ਕੀ ਰਿਹਾ, ਉਹ ਕਰਮ ਕਿੱਦਾਂ ਦੇ ਆ, ਉਹ ਆਪਦੇ ਲਈ ਜਿਹੜੇ ਕੰਮ ਲਈ ਉਹਨੂੰ ਭੇਜਿਆ ਕੀ ਉਹਨੇ 1% ਵੀ ਕੀਤਾ। ਜੇ ਆਪਾਂ ਸਾਰਾ ਦਿਨ ਪਾਠ ਕਰਕੇ ਉਸ ਤੋਂ ਬਾਅਦ ਸ਼ਾਮ ਨੂੰ ਆਪਾਂ ਠੱਗੀਆਂ ਠੋਰੀਆਂ ਤੇ ਹੋ ਜਾਣਾ ਜਾਂ ਕਿਸੇ ਬੰਦੇ ਨੂੰ ਲਿਬਾਸ ਨੂੰ ਪਏ ਨੂੰ ਚੀਕਾਂ ਮਾਰਦੇ ਨੂੰ ਕੀੜੇ ਪਏ ਨੂੰ ਦੇਖ ਕੇ ਉਹਨੂੰ ਆਪਾਂ ਕੋਲ ਦੀ ਲੰਘ ਜਾਣਾ, ਤਾਂ ਕੀ ਉਹ ਆਪਣਾ ਸੁਖਮਨੀ ਸਾਹਿਬ 10 ਵਜੇ ਕੀਤਾ ਹੋਇਆ ਦਿਹਾੜੀ ਚ ਉਹ ਆਪਣੇ ਕੰਮ ਆਊਗਾ ਜੀ। ਯਾਨੀ ਕਿ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਉਹ ਚੀਜ਼ਾਂ ਇੱਕ ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹ ਕੇ ਜੇ ਉਹਦੇ 'ਤੇ ਅਮਲ ਕੀਤਾ ਜਾਵੇ ਤਾਂ ਉਹੀ ਜ਼ਿੰਦਗੀ ਸਵਾਰ ਦਿੰਦੀ ਆ, ਤੇ ਜੇ ਜਪਜੀ ਸਾਹਿਬ ਨੂੰ ਦਿਹਾੜੀ 'ਚ 1000 ਵਾਰੀ ਪੜ੍ਹਿਆ ਜਾਵੇ ਤਾਂ ਉਹ ਜ਼ਿੰਦਗੀ ਨਹੀਂ ਸਵਾਰਦੀ। ਕਿਸੇ ਹੈਲਪ ਲੋੜਵੰਦ ਬੰਦੇ ਦੀ ਤੁਸੀਂ ਮਦਦ ਨਾ ਕਰੋ ਤੇ ਆਪਾਂ ਇੱਦਾਂ ਪਾਠ ਜਾਂ ਇੱਦਾਂ ਦੀਆਂ ਚੀਜ਼ਾਂ, ਮੈਂ ਇਸ ਚੀਜ਼ 'ਤੇ ਕੋਈ ਕੁਸ਼ਚਨ ਨਹੀਂ ਉਠਾਉਂਦਾ, ਮੈਂ ਆਪ ਇਸ ਚੀਜ਼ ਦਾ ਉਹ ਹਾਂ, ਮੈਂ ਵੀ ਪਾਠ ਕਰਦਾ, ਮੈਂ ਵੀ ਪਰ ਮੈਂ ਅਮਲ ਵੀ ਕਰਦਾ ਜੀ, ਸਾਡੀ ਟੀਮ ਅਮਲ ਵੀ ਕਰਦੀ ਆ, ਅਸੀਂ ਉਸ ਚੀਜ਼ ਨੂੰ ਸੇਵਾ ਨੂੰ ਨਿਭਾ ਵੀ ਰਹੇ ਹਾਂ, ਅੱਗੇ ਵੀ ਨਿਭਾਉਂਦੇ ਰਹਾਂਗੇ। ਅਸੀਂ ਅਰਦਾਸ ਕਰਦੇ ਸੱਚੇ ਪਾਤਸ਼ਾਹ ਕਿ ਸਾਰੇ ਵੀਰਾਂ ਭੈਣਾਂ ਨੂੰ ਮਹਾਰਾਜ ਸਮਰਥ ਬਖਸ਼ਣ, ਉਹ ਵੀ ਸੇਵਾ ਦੇ ਵਿੱਚ ਲੱਗਣ, ਤੇ ਸਾਡੇ ਵਰਗੇ ਜਿਹੜੇ ਕਾਜੂਗੀ ਬੰਦੇ ਆ ਉਹਨਾਂ ਨੂੰ ਏਡੀ ਵੱਡੀ ਸੇਵਾ, ਏਡਾਂ ਵੱਡਾਂ ਦੇ ਪਲੇਟਫਾਰਮਾਂ ਦੇ ਉੱਪਰ ਬੈਠਣ ਦਾ ਮੌਕਾ ਮਿਲਦਾ, ਪਰ ਅਸੀਂ ਚਾਹੁੰਦੇ ਹਾਂ ਵੀ ਗਰਾਊਂਡ ਲੈਵਲ ਦੇ ਨਾਲ ਅਸੀਂ ਜੁੜੇ ਰਹੀਏ ਤੇ ਸੇਵਾ ਇੱਦਾਂ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਰਾਜਨ ਦੀ ਵੀਡੀਓ ਰਿਪੋਰਟ।